उम्मीद करदे आं तुसीं सारे ठीक ठाक होवोगे। तो अज असी लैके आए हैं जिमें हम थोन पता भी मूहे दिवाली आँदी है तो लोग सफाइया कर लगे आ सारी तो जिमें आप पानी वाली अपनी टैंकी होंगी जी बिच गंद मंद हों आप बहुत ही आसान तो सरल जे तरीके सारा वो गंद मंद बहर क्ड लेना तो वह तरीका अच्छ थो दसागे बहुत ही सौखा तरीका ये तुम सारा तरीका आपके घर भी अपना सकते हो। अपने तेल वाली बोतल हो गई जां कोक कूक वाली बोतल पई हुंदी है खाली तो असीं हुण तुहानूं नाल दी नाल दस्सांगे वी उह करना किवें आ ते किवें तुसीं टैंकी वाला जिहड़ा गंद मंद हुंदा जम्मिया होया उह सारा मिंटो मिंट ही तुहानूं बाहर निकलदा दिखावांगे। अपना वड्डा बई आ इह जाणी कि करदा प्रोजैक्ट इहने शुरू कीता इह काके वीरे ने वीरे पहलां की करना सब तों पहलां आपां बोतल ऐ चाढ़नी आ उत्ते इहदे अच्छा ठीक आ कट के ठीक आ कम से कम अद्धी बोतल कट लो हार्ड बोतल होनी चाहिए आ अच्छा नहीं तो यह पिचक जूगी पानी प्रेशर ना खिंचना इन्ना प्रेशर ना पानी थले आऊ ते बिच जिन्ना भी ओहदे च गंद पैल होऊगा सारा ऐन बाहर कढ दू चिट्टी कढ दू विचों चल ऐन बना दू दुध वर्गी विचों ते फार्मूला है तो कोई मामूली जिही आ ज्यादा वड्डा कम नहीं गा इह हां है तो वैसे जे करना होए तो जिथे अपना जिहड़ी पाइप हुंदी आ जांदी जिहदे नाल पानी टैंकी दे विच पैंदा उह थोड़ी जिही अद्धा कैंच उच्चे हुंदी आ उहदे नाल पानी बाहर नहीं आउंदा पूरा टैंकी ओनू भी जाने के आ तुसी सारी ओहदी परत तुहानू दिखावांगे वी किवें इह जलब चकदी आ मिट्टी चकदी आ पहले इन हम बढ़ के दिखावे भी बढ़ना करना है चल भी आ बहुत ही आसान जहा तरीका वा तो तीन जाने के आ देखो कोई भी बोतल लै लेनी प्लास्टिक की जानी होवे हार्ड थोड़ी जी पोली ना हो बोतल शक अच्छा आए बढ़ लेनी अद्धी है ना हाँ हवा हवा ना लीक होवे है कपड़ा पहला चाढ़ के फिर टेप मार देनी उतो दी ਪੈਪ ਜੇ ਮੋਟਾ ਗਾ ਹਾਂ ਫਿਰ ਤਾਂ ਆਪਾਂ ਨੂੰ ਆ ਚੀਜ਼ ਕਰਨ ਦੀ ਲੋੜ ਨਹੀਂ ਪੈਣੀਗੀ ਠੀਕ ਆ ਫਿਰ ਤਾਂ ਬੋਤਲ ਦਾ ਜਾਂ ਮੂੰਹ ਆ ਹਾਂ ਉਹਦੇ ਉੱਤੇ ਹੀ ਕੱਢ ਜੀ ਠੀਕ ਆ ਫਿਰ ਤਾਂ ਕਿਸੇ ਪਾਸੇ ਦੀ ਲੀਕ ਨਹੀਂ ਹੋਣੀ ਆ ਦੇਖੋ ਹਾਂ ਠੀਕ ਆ ਆ ਲਿਓ ਟੇਪ ਅੱਛਾ ਇਹਦੇ ਬਾਹਰ ਹੁਣ ਟੇਪ ਲਵੇਟਣੀ ਆ ਹਾਂ ਛੱਡ ਦੋ ਇਹ ਜਿਹੜੀ ਹਵਾ ਨਾ ਬਾਹਰ ਕ੍ਰੋਸ ਹੋਵੇ ਹਨਾ ਜਮਾਂ ਹੀ ਨਹੀਂ ਨਿਕਲਣੀ ਇੱਥੋਂ ਦੀ ਚਾਹੀਦੀ ਠੀਕ ਆ ਅੱਗੇ ਬੋਰ ਹੁੰਦੇ ਸੀ ਪੁਰਾਣੇ ਹਾਂ ਵੀ ਉਹਨਾਂ ਵਾਲਾ ਕੰਮ ਆ ਪੱਖੇ ਦੇ ਵਿੱਚੋਂ ਹਵਾ ਆਉਣ ਲੱਗ ਗਈ ਤੇ ਪਾਣੀ ਚੱਕਦਾ ਨਹੀਂ ਅੱਛਾ ਇਹਨਾਂ ਪ੍ਰੈਸ਼ਰ ਨਾਲ ਪਾਣੀ ਚੱਕਣਾ ਠੀਕ ਆ ਠੀਕ ਇਹ ਨਹੀਂ ਤਾਂ ਕਿਤੇ ਪਾਣੀ ਨਾ ਪਾਸ ਭਰੀ ਵੀ ਆ ਮੈਂ ਕਹਿੰਦਾ ਭੂਆ ਪੂਰਾ ਐਨ ਵਧਗਾ ਦੇਖੀ ਸਹੀ ਤੁਸੀਂ ਬੇਲੀ ਤਾਂ ਇਹਨਾਂ ਨਾਲ ਆ ਪਾਈਪ ਨਾ ਹੋਣੀ ਆ ਹੁਣ ਇਹਦੇ ਨਾਲ ਸਫਾਈ ਹੋਣੀ ਆ ਪੂਰੀ ਬਹੁਤ ਮਿੱਟੀ ਦਾ ਮੈਂ ਕਹਿੰਦਾ ਚਾਹੇ ਦੋ ਟੋਕਰੇ ਹੋਣ ਮਿੱਟੀ ਦੇ ਵਿੱਚ ਹਾਂ ਸਾਰਾ ਖਿੱਚ ਲੂਗੀ ਮੈਂ ਵੀ ਇਦਾਂ ਭਰਾਵੋ ਟੇਪ ਲੇਟਣੀ ਆ ਇੱਥੋਂ ਦੀ ਹਵਾ ਨਾ ਨਿਕਲੇ ਇਹ ਆਪਾਂ ਪਾਛਾ ਪਾਣੀ 'ਚ ਛਿੱਟਣਾ ਟੈਂਕੀ 'ਚ ਅੱਛਾ ਹਾਂ ਠੀਕ ਆ ਤੇ ਇਹਦੇ ਵਿੱਚ ਆਪਾਂ ਪਾਣੀ ਪਹਿਲਾਂ ਭਰਨਾਗਾ ਪਾਈਪ ਦੇ ਵਿੱਚ ਅੱਛਾ ਪਾਈਪ 'ਚ ਪਾਣੀ ਭਰ ਕੇ ਤੇ ਉਹਦੇ ਮਗਰਲੇ ਪਾਸੇ ਪਹਿਲਾਂ ਹੱਥ ਲਾ ਲੈਣਾ ਪਾਣੀ ਨਿਕਲੇ ਨਾ ਬਾਹਰ ਅੱਛਾ ਤੇ ਬਾਅਦ 'ਚ ਆਪਾਂ ਜਦੋਂ ਇਹ ਭਰ ਗਿਆ ਪਾਈਪ ਹਾਂ ਫਿਰ ਆਪਾਂ ਟੈਂਕੀ ਦੇ ਵਿੱਚ ਇਹ ਲਮਕਾ ਦੇਣਾ ਪਾਛਾ ਇਦਾਂ ਠੀਕ ਆ ਉਹ ਦਿਖਾਵਾਂਗੇ ਆਪਾਂ ਸਾਰਾ
ਇਸ ਤਰ੍ਹਾਂ ਲਮਕਾ ਕੇ ਭਰ ਗਈ ਪੈਪ ਇਹ ਫੁੱਲ ਐ ਵਿੱਚ ਉਹਦੇ ਡਬੋ ਦੇਣੀ ਆ ਤੇ ਉਧਰੋਂ ਹੱਥ ਛੱਡ ਦੇਣਾ ਮੂਹਰੋਂ ਪੈਪ ਦਿਓ ਤੇ ਪਾਣੀ ਇਹਨੇ ਖਿੱਚ ਲੈਣਾ ਆ ਜਾ ਕੋਈ ਨਾ ਪਤ ਦਿਖਾਵਾਂਗੇ ਲਓ ਜੀ ਇਹ ਆਪਣਾ ਪਿੰਡ ਕੋਠੇ ਦੇ ਉੱਤੇ ਆ ਗਏ ਆਪਾਂ ਹੁਣ ਮੰਨ ਕੇ ਚੱਲੋ ਜਿਵੇਂ ਆਪਾਂ ਬੋਤਲ ਲਈ ਸੀ ਜੇ ਤੁਹਾਡੇ ਤਾਂ ਗੇਟ ਵੱਲ ਲੱਗਿਆ ਤਾਂ ਬਹੁਤ ਵਧੀਆ ਗੱਲ ਨਹੀਂ ਫਿਰ ਟੈਂਕੀ ਦੇ ਵਿੱਚ ਨਾ ਇਹਨੂੰ ਪਾਣੀ ਦਾ ਫੁੱਲ ਭਰਨਾ ਪੈਣਾ ਆਪਾਂ ਨੂੰ ਜਿਵੇਂ ਆਹ ਪਾਣੀ 'ਚ ਲਾਤਾ ਆਪਾਂ ਇਹਨੂੰ ਫੁੱਲ ਭਰਨਾ ਪੈਣਾ ਪਾਣੀ ਦਾ ਜੇ ਕਿਸੇ ਦੇ ਗੇਟ ਵੱਲ ਲੱਗਿਆ ਤਾਂ ਠੀਕ ਹੈ ਨਹੀਂ ਫਿਰ ਬਾਲਟੀ ਨਾ ਇਹਨੂੰ ਫੁੱਲ ਭਰਨਾ ਪੈਣਾ ਭਰ ਗਈ ਇੱਧਰ ਦਾ ਫੁੱਲ ਆ ਹਰ ਜਾ ਆਊਗਾ ਹੁਣ ਇੱਧਰੋਂ ਤਾਂ ਫੁੱਲ ਹੋਇਆ ਪਿਆ ਹਾਂ ਹੈਂ ਇੱਕ ਮਿੰਟ ਖੜ ਜਾ ਹੁਣ ਫਿਰ ਇੱਕ ਮਿੰਟ ਇੱਧਰ ਹੈਗਾ ਪਾਣੀ ਫੁੱਲ ਇੱਧਰੋਂ ਦਾ ਫੁੱਲ ਆ ਬੱਲੇ 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 ਟੈਂਕੀ ਦੇ ਉੱਤੇ ਚੜ ਜਾ ਢੱਕਣ ਢੁੱਕਣ ਹੈ ਨਹੀਂ ਇਹਦਾ ਇਹ ਬਿਨਾਂ ਢੱਕਣ ਤੋਂ ਹੀ ਆ ਢੱਕਣ ਤਾਂ ਆ ਫਿਰਦਾ ਇਹਦਾ ਢੱਕਣ ਤਾਂ ਉੱਡ ਗਿਆ ਸੀ ਤਾਂ ਉਹ ਤਾਂ ਪੱਥਰ ਜਿਹਾ ਹੈਗਾ ਲੈ ਵੀ ਦੇਖੀ ਹੁਣ ਕਰਾ ਚੱਕ ਦੇ ਇਹ ਗੰਦ ਮੰਦ ਕਿਉਂ ਪਾਛੇ ਰੱਖ ਯਾਰ ਆਹ ਜਿਹੜਾ ਪੈਪ ਆ ਇਹ ਵਿੱਚ ਛੱਡ ਦੇਣਾ ਆਪਾਂ ਛੱਡ ਬਾਈ ਥੱਲੇ ਉਹ ਚੱਕ ਲੱਗ ਗਿਆ ਕੰਮ ਚੱਲ ਪਿਆ ਹਾਂ ਚੱਲ ਪਿਆ ਉਹ ਚੱਕ ਦੇਖੋ ਵੀ ਪਾਣੀ ਨਿਕਲਦਾ ਇੱਧਰੋਂ ਤਾਂ ਆ ਗਿਆ ਬਸ ਇੱਧਰੋਂ ਦੇਖੋ ਨਿਕਲਦਾ ਵਾ ਰੇਤਾ ਤਾਂ ਹਜੇ ਟੈਂਕੀ ਅੱਧੀ ਆ ਰੁਕ ਕੇ ਚੱਕੂ ਇਹ ਤਾਂ ਸਾਫ਼ ਹੀ ਆਊ ਬਾਅਦ ਚੋਂ ਰੇਤਾ ਚੱਕੂਗਾ ਇਹਦਾ ਟੈਂਕੀ ਤਾਂ ਫੁੱਲ ਭਰੀ ਪਈ ਆ ਇੱਧਰ ਮੰਜਲੀ ਦੇਖ ਸਕਦੇ ਹੋ ਤੁਸੀਂ ਤੇਰਾ ਮੰਜਲੀ ਠਾਠ ਦੇਖ ਕਿਉਂ ਤੇ ਆ ਸਾਡਾ ਇਹਦਾ ਪਿੰਡ ਹੁਣ ਗਿਆ ਪਾਣੀ ਹੁਣ ਜਾਂਦਾ ਫੁੱਲ ਸਪੀਡ ਨਾਲ ਹੁਣ ਬਹੁਤ ਦੇ ਵਿੱਚ ਸਾਫ ਸੁਥਰਾ ਸਮਾਨ ਹੈ ਸਾਫ ਸੁਥਰਾ ਸਮਾਨ ਬਹੁਤ ਹੈ ਸਾਡੀ ਟੈਂਕੀ ਦੇ ਵਿੱਚ ਇੰਨੀ ਟੈਂਕੀ ਕਿਸੇ ਦਿਨ ਸਾਫ ਹੋਣੀ ਲਾਹਣ ਹੁੰਦਾ ਕੱਢਿਆ ਗਿਆ ਐਂ ਬਣ ਗਈ ਲਾਹਣ ਕੱਢਦੇ ਹੁੰਦੇ ਆ ਘਰ ਦਾ ਫੜਾਓ ਕਿ ਨਾ ਦੂਜਾ ਪੈਪ ਟੈਂਕੀ ਸਾਫ ਕਰਨ ਦਾ ਸਭ ਤੋਂ ਆਸਾਨ ਤਰੀਕਾ ਮਿੱਤਰਾ ਇਹਨੂੰ ਆਈ ਬਸ ਥੱਲੇ ਵਿੱਚ ਸਿੱਟਦਾ ਹਨਾ ਇੱਕ ਮਿੰਟ ਹਜੇ ਨਾ ਡਬੋਤੀ ਦੇਖੋ ਇੰਨਾ ਸ਼ੁੱਧ ਪਾਣੀ ਪੀਂਦੇ ਸੀ ਆਪਾਂ ਯਾਰ ਅੱਧੀ ਤਾਂ ਗਈ ਥੱਲੇ ਮੋਟਾ ਉਨੀ ਇੱਕੀ ਪਾਣੀ ਰਹਿ ਜੇ ਆਪਾਂ ਨੂੰ ਲੱਗੇ ਵੀ ਮਿੱਟੀ ਜੀ ਨਹੀਂ ਨਿਕਲਦੀ ਉਹਨੂੰ ਫਿਰ ਵਿੱਚ ਵੜ ਕੇ ਨਾ ਆਹ ਹੱਥ ਨਾਲ ਤੁਸੀਂ ਇਹ ਸਾਰੇ ਦੇ ਦੇਣਾ ਗੇੜਾ ਜਿਹੜੀ ਮਿੱਟੀ ਹੋਊਗੀ ਉਹ ਆਪੇ ਹੀ ਜਿਵੇਂ ਆ ਰਹੇ ਸਾਡੀ ਪੈਪ ਤੁਹਾਨੂੰ ਹੁਣ ਦਿਖਣੀ ਨੀ ਪਾਣੀ ਬਹੁਤ ਸਾਫ਼ ਆ ਟੈਂਕੀ ਦਾ ਇਹਦੇ ਵਿੱਚ ਸਾਡੀ ਜਿਹੜੀ ਪੈਪ ਆ ਨੀ ਆਪੇ ਹੀ ਖਿੱਚ ਲੈਣੀ ਆ ਜਿਹੜਾ ਆਪਾਂ ਮੂਹਰਲਾ ਸਿਰਾ ਵਿੱਚ ਸੁੱਟਿਆ ਸੀ ਇਹਦੇ ਤੇ ਅਸੀਂ ਚੱਲੀ ਜਾਣਾ ਪ੍ਰੋਜੈਕਟ ਇੱਕ ਮਿੰਟ ਤੁਹਾਨੂੰ ਦਿਖਾਉਣਾ ਆ ਮਿੱਟੀ ਵੀ ਮਿੱਟੀ ਦਿਖਾਉਣੇ ਇੱਕ ਮਿੰਟ ਖੜੋ ਮਿੱਟੀ ਆਪਣੀ ਅੱਧੀਆਂ ਨੇ ਖਿੱਚਦੀ ਮਿੱਟੀ ਤਾਂ ਵੀ ਲੈ ਗਈ ਕੰਮ ਇਹਦਾ ਖਿੱਚ ਕੇ ਚੋਕਰਾ ਮਿੱਟੀ ਦਾ ਸੀਗਾ ਜੀ ਹੈਗਾ ਸੀ ਨਹੀਂ ਕਾਲਾ ਕਾਲਾ ਪਾਣੀ ਲਾ ਗਿਆ
लो जी आ जिहड़ा अपना देसी जगाड़ लाया सीगा पानी खिंचण नूं ते टैंकी इहने जमा खाली करती ते थल्लों भी तुसीं देख लिया भी किन्ना गंद मंद निकलिया टैंकी चों गंद मंद निकल आ मार लग गई शरूटे जे इहदे नेड़ नूं पानी लई जावां हना उवें ही कढ़ी जाऊ मतलब दा हवा लै गई भाई आ देख सकदे तुसीं किन्नी साफ आ टैंकी अपनी चाहे कॉफी बना ला स्टील बाउल ना लूगा ये मम्मी सफाई जल्दी है धुप की लवानी माड़ा मोटा पानी रह जाता अपना गंद मंद थोड़ा मोटा रह गया मिट्टी मुट्टी तो सारी करती नहीं बी हां सारी करती जी मिट्टी तो ऐन बिलकुल बन जानी पूरी वधिया चिट्टा चिट्टा पानी चिट्टा कढ़ी जाने रगड़न लगे पिया जे किसी दे जमी हो बुरस लड़ना आम ही जो भांडे मारते होंगे इन कह दें जाली वाला जाली तारा वाला है ना बुरस लैके मार सकते हो कोई बहुता खर्चा नहीं पांच दस रुपये का बुरस आ जाता है देखो तुम जिम्मे देखते हो जिम्मे थले कालो चा उमी ती आ बुरस ने जमा साफ करती रगड़ना पैंता थोड़ा जा टैंकी आप जमा करती साफ पहला टैंकी का हूं वाली टैंकी का सा फर्क लो मित्रों जी आप टैंकी सी साफ करती है सौ चो 80% साफ हो गई है तो जरा जारा जूरा लगे 6-7 साल हो गए सू सफाई की करके माड़ा मोटा तो हम रह गया तो बाकी ओके हो गया रिपोर्टा तुम देख सकते हो टैंकी तो बिल्कुल आसान तरीके साफ की घर भी आपका वढ़ के बोतल दू ये साढ़े खोजकारी जी इन्होंने खोज की इस तरह तुम टैंकी साफ कर सकते हो घर साढ़े वाली तो होगी ਤੁਸੀਂ ਆਪਦੀ ਵੀ ਕਰ ਸਕਦੇ ਹੋ ਕਿ ਨਹੀਂ ਵੀਰੇ ਹਾਂਜੀ ਹਾਂ ਮਤਲਬ ਤੁਸੀਂ ਦੁੱਧ ਵਰ ਗਿਆ ਚਿੱਟਾ ਚਿੱਟਾ ਪਾਣੀ ਦੇਖ ਕਿਉਂ ਆਹ ਪਾਣੀ ਸੀ ਆਪਣੀ ਟੈਂਕੀ ਦਾ ਦੇਖ ਪਾਣੀ ਆਹ ਪੀਂਦਾ ਸੀ ਪਾਣੀ ਤੂੰ ਹੈ ਇਹੋ ਜਿਹਾ ਪਾਣੀ ਪੀਂਦੇ ਸੀ ਤੇ ਹੋਰ ਵਾਖਰੂ ਗਲਾਸ ਚ ਪਾਇਆ ਸੀ ਸਾਫ ਦੇਖ ਲੈ ਵਾਖਰੂ ਵਾਖਰੂ ਇੰਨਾ ਗੰਦਾ ਪਾਣੀ ਪੀਂਦੇ ਸੀ ਇਹ ਪ੍ਰੋਟੀਨ ਵਾਲਾ ਪਾਣੀ ਹੈ ਲਾ ਪ੍ਰੋਟੀਨ ਉਹ ਕਿਹੋ ਜੀ ਹੁੰਦੀ ਆ ਜਿਹੜੀ ਤਾਕਤ ਵਾਲਾ ਹੁੰਦਾ फिल्टर भी नहीं किसी काम का अपना देख ला आप गंद पी जाते ही डॉक्टर को टैंकी वाला पानी देख ला अपना टूटिया सारिया करके भी नहीं देखी ज्यों धरी
सौ मैनू दे सौ वीरे नू भी दे फिर सौ मैं भी लवां मेरा की हाल होया कलू सही लेने पर कलू लवांगे फिर चिट्टा पानी